ਜੋੜਾਂ ਦੇ ਦਰਦਾਂ ਅਸੇ ਦੱਸਣ ਲੱਗਾ ਤੁਹਾਨੂੰ ਸੰਧੂ ਸਾਹਿਬ ਜੀ ਜੀ ਜੋੜਾਂ ਦੇ ਦਰਦਾਂ ਅਸੇ ਅਦਰਕ ਬੜੀ ਅਚੀ ਚੀਜ਼ ਜੀ ਅੱਛਾ ਆ ਜਿਹੜਾ ਹਾਂਡੀ ਚ ਪਾਈਦਾ ਹਾਂਡੀ ਪਾਈਦਾ ਹੂੰ ਸੁਣਲੀ ਹੁੰਦੀ ਹੈ ਨਾ ਅੱਛਾ ਇਹਨੂੰ ਖੁਸ਼ਕ ਕਰ ਲੋ ਸੁਣ ਬਣ ਜਾਂਦੀ ਹੈ ਅੱਛਾ ਅਦਰਕ ਨੂੰ ਖੁਸ਼ਕ ਕਰ ਦਈਏ ਤੇ ਸੁਣ ਲੈ ਆ ਮੈਂ ਤੁਹਾਨੂੰ ਜੋੜਾਂ ਦਰਦਾਂ ਅਸੇ ਨਸਕਾ ਦੱਸ ਦੇਣਾ ਅਦਰਕ ਲੀ ਲੋ 100 ਗ੍ਰਾਮ ਹੂੰ ਤੇ 100 ਗ੍ਰਾਮ ਇੱਕ ਕਾਲੇ ਤੇਲ ਹੁੰਦੇ ਨੇ ਇੱਕ ਚਿੱਟੇ ਤੇਲ ਹੁੰਦੇ ਨੇ ਕਾਲੇ ਹੁੰਦੇ ਨੇ ਹਾਂ ਤੇ 100 ਗ੍ਰਾਮ ਦਾਮਾਂ ਦੀਆਂ ਗਰੀਆਂ ਲੀ ਲੋ ਠੀਕ ਹੈ ਤੇ 100 ਗ੍ਰਾਮ ਇੱਕ ਕਾਲੀਆਂ ਮਰਚਾਂ ਲੀ ਲੋ ਜੀ ਇਹਨਾਂ ਨੂੰ ਕੁੱਟ ਕੇ ਪਾਊਡਰ ਬਣਾ ਲਓ ਵਿੱਚ ਸ਼ਹਿਦ ਪਾ ਲਓ ਹੂੰ ਤੇ ਸੁਬਾ ਦੁਪਹਿਰ ਸ਼ਾਮੇ ਇੱਕ ਚਮਚ ਖਾਓ ਗਰਮ ਦੁੱਧ ਨਾਲ ਠੀਕ ਹੈ ਜੋੜਾਂ ਦੇ ਦਰਦ ਨਹੀਂ ਰਹਿਣਗੇ ਇਨਸ਼ਾ ਅੱਲਾਹ ਤਾਲਾ ਕੀ ਬਾਤ ਸ਼ਰਤੀਆ ਇਲਾਜ ਜੀ ਵਾਹ ਜੀ ਤੇ ਜੇ ਨਹੀਂ ਇਸਤੇਮਾਲ ਕਰਦੇ ਤੇ ਫਿਰ ਆਲ ਸੌਦੀਆ ਦਾ ਜੋੜ ਦਰਦ ਕੋਰਸ ਹੂੰ ਆਲ ਸੌਦੀਆ ਦਾ ਜੋੜ ਦਰਦ ਕੋਰਸ ਹੂੰ ਜੋੜਾਂ ਦੇ ਦਰਦਾਂ ਦਾ ਸ਼ਰਤੀਆ ਇਲਾਜ ਜੀ ਹੂੰ ਸੰਧੂ ਸਾਹਿਬ ਜੋੜ ਦਰਦ ਕੋਰਸ ਆਲ ਸੌਦੀਆ ਦਾ ਜੋੜ ਦਰਦ ਕੋਰਸ ਆ ਮੰਗਵਾਉਣ ਵਾਸਤੇ ਸਾਡਾ ਐਡਰੈਸ ਨੋਟ ਕਰ ਲਓ ਜੀ ਤੇ ਸਾਡਾ ਵਟਸਐਪ ਨੰਬਰ ਨੋਟ ਕਰ ਲਓ ਤੇ ਇੱਕ ਦਾਬਾ ਤੁਹਾਡੀਆਂ ਕੀਮ ਸਾਹਿਬ ਹਰ ਮਤਬ ਤੁਲਾਬੀਆਂ ਹਰ ਮਤਬ ਤੋਂ ਮਿਲ ਜਾਂਦੀਆਂ ਨੇ ਹਰ ਬੁੱਕ ਸਟਾਲ ਤੋਂ ਵੀ ਮਿਲ ਜਾਂਦੀਆਂ ਨੇ ਠੀਕ ਹੈ ਆ ਜਿਹੜੀ ਕਿਤਾਬ ਹੈ ਆ ਹਰ ਬੁੱਕ ਸਟਾਲ ਤੇ ਮੌਜੂਦ ਹੈ ਇਹਨੂੰ ਪੜੋ ਜੀ ਸਿੱਧੂ ਸਾਹਿਬ ਅਦਰਕ ਜਿਹੜਾ ਨਾ ਜੀ ਜੀ ਅਦਰਕ ਦਾ ਜ਼ਿਕਰ ਕੁਰਾਨ ਪਾਕ ਵਿੱਚ ਮੌਜੂਦ ਹੈ ਅੱਛਾ ਅਦਰਕ ਦਾ ਜ਼ਿਕਰ ਤਿਬੇ ਨਬੀ ਸਲੱਲ੍ਹਾਹੁ ਅਲੈਹਿ ਵੈਸਲਮ ਵਿੱਚ ਮੌਜੂਦ ਹੈ ਠੀਕ ਅਦਰਕ ਦਾ ਜ਼ਿਕਰ ਆ ਜੰਨਤ ਦੀਆਂ ਨੇਮਤਾਂ ਵਿੱਚ ਵੀ ਮੌਜੂਦ ਹੈ ਦਾ ਜ਼ਿਕਰ ਬਿਲਕੁਲ ਠੀਕ ਇਹ ਅਦਰਕ ਦੇ ਬੜੇ ਫਾਇਦੇ ਜੇ ਅੱਲਾ ਦੇ ਬੰਦ